ਆਪਣੇ ਗੁਲਾਮ ਨੂੰ ਬੜਾ ਡਾਂਟਦੇ ਸਨ ਤੇ ਜਦੋਂ ਸਰਕਾਰ ਨੂੰ ਪਤਾ ਲੱਗਾ ਸਰਕਾਰ ਉਹਦੇ ਕੋਲ ਤਸ਼ਰੀਫ ਲੈ ਗਏ ਜਿਹੜਾ ਸਾਫੀ ਡਾਂਟਦਾ ਸੀ ਆਪਣੇ ਗੁਲਾਮ ਨੂੰ ਡਾਂਟਦਾ ਸੀ ਤੇ ਸਰਕਾਰ ਉਹਦੇ ਕੋਲ ਤਸ਼ਰੀਫ ਲੈ ਗਏ ਜਾ ਕੇ ਆਪਨੇ ਫਰਮਾਇਆ ਕਿ ਬੇਲੀਆ ਕੋ ਨਰਮੀ ਇਖਤਿਆਰ ਕਰਨਾ ਇੰਨੀ ਤਕਲੀਫ ਨਾ ਦੇ ਨਰਮੀ ਇਖਤਿਆਰ ਕਰ ਅਰਜ਼ ਕੀਤੀ ਕਿ ਯਾਰ ਸੁਲਾ ਮੈਂ ਕੀ ਕਰਾਂ ਗੱਲ ਮੰਨਦਾ ਹੀ ਨਹੀਂ ਮੈਂ ਇਹਨਾਂ ਸਮਝਾਉਂਦਾ ਤੇ ਗੱਲ ਮੰਨਦਾ ਹੀ ਨਹੀਂ ਜਿਹੜੀ ਗੱਲ ਮੈਂ ਕਰਨਾ ਤੇ ਮੁਖਾਲਫ ਚੱਲਦਾ ਹੈ ਆਪ ਨੇ ਫਰਮਾਇਆ ਕਿ ਫਿਰ ਵੀ ਨਰਮੀ ਕਰ ਆਪ ਫਰਮਾਉਂਦੇ ਨੇ ਕਿ ਸਰਕਾਰ ਦੇ ਅਲਫਾਜ਼ ਉਹ ਸੀ ਕਿ ਮੇਰਾ ਅੰਦਰ ਸੀਨਾ ਹੀ ਚੀਰ ਗਏ ਸੁਭਾਨ ਅੱਲਾਹ ਅਰਜ਼ ਕੀਤੀ ਕਿ ਯਾਰ ਸੁਲਾ ਮੈਂ ਕੀ ਕਰਾਂ ਮੇਰੀ ਗੱਲ ਨਹੀਂ ਮੰਨਦਾ ਮੈਂ ਕੀ ਕਰਾਂ ਯਾਰ ਨਬੀ ਦੇ ਕੀ ਅਲਫਾਜ਼ ਸਨ ਆਪ ਨੇ ਫਰਮਾਇਆ ਕਿ ਮੇਰੇ ਦੋਸਤ ਆ ਉਸ ਤਰ੍ਹਾਂ ਨਰਮੀ ਕਰ ਜਿਸ ਤਰ੍ਹਾਂ ਰੱਬ ਨਰਮੀ ਕਰਦਾ ਹੈ ਸੁਭਾਨ ਅੱਲਾਹ ਉਸ ਤਰ੍ਹਾਂ ਨਰਮੀ ਕਰ ਜਿਸ ਤਰ੍ਹਾਂ ਰੱਬ ਨਰਮੀ ਕਰਦਾ ਹੈ ਰੱਬ ਬਰਦਾਸ਼ਤ ਕਰਦਾ ਤੇ ਆਪ ਫਰਮਾਉਂਦੇ ਮੇਰੇ ਉਹ ਅਲਫਾਜ਼ ਸਰਕਾਰ ਦੇ ਮੇਰਾ ਅੰਦਰ ਚੀਰ ਗਏ ਤੇ ਜਿਸ ਤਰ੍ਹਾਂ ਰੱਬ ਮਾਫ ਕਰਦਾ ਤੇ ਤੂੰ ਵੀ ਮਾਫ ਕਰ ਉਸਤਾਨ ਬੜੇ ਵਸਵਸੇ ਪਾਉਂਦਾ ਹੈ ਗਿਆ ਦੇਖੋ ਉਸਤਾਦ ਤੇ ਬਿਹਤਰੀ ਵਾਸਤੇ ਬੁਲਾਉਂਦਾ ਨਾ ਜੀ ਬਿਹਤਰੀ ਵਾਸਤੇ ਬੁਲਾਉਂਦਾ ਹੈ ਯਾਰ ਤੂੰ ਕਲਾਸ ਦੇ ਵਿੱਚ ਰੈਗੂਲਰ ਆ ਤੇ ਤੇਰਾ ਮੁਕਾਮ ਕੁਛ ਹੋ ਰਹੀ ਹੋ ਜਿਹੜੇ ਸ਼ਰਾਰਤੀ ਲੋਕ ਹੁੰਦੇ ਨੇ ਉਹਨਾਂ ਦੇ ਮੁਤਲਕ ਮੇਰੇ ਨਬੀ ਨੇ ਫਰਮਾਇਆ ਕਿ ਤੂੰ ਅਕਸਰ ਕਈ ਲੋਕ ਕਹਿੰਦੇ ਜੀ ਸੈਲਫੀ ਕਰਦੇ ਕੀ ਨੇ ਜਿਹੜੇ ਇੱਥੇ ਸ਼ਰਾਰਤ ਕਰ ਰਹੇ ਨੇ ਸ਼ਰਾਰਤ ਕਰ ਰਹੇ ਨੇ ਜਿਹੜਾ ਕਿਆਮਤ ਹੋਏਗਾ ਇੱਕ ਵਕਤ ਆਏਗਾ ਜੰਨਤ ਦਾ ਦਰਵਾਜ਼ਾ ਖੁੱਲੇਗਾ ਇੱਕ ਸ਼ਖਸ ਨਸ ਕੇ ਜੰਨਤ ਜਾਏਗਾ ਸੁਭਾਨ ਅੱਲਾਹ ਉਹ ਜਦੋਂ ਜੰਨਤ ਦੇ ਕਰੀਬ ਜਾਏਗਾ ਤੇ ਦਰਵਾਜ਼ਾ ਬੰਦ ਹੋ ਜਾਏਗਾ ਫਿਰ ਵਾਪਸ ਆਏਗਾ ਫਿਰ ਦਰਵਾਜ਼ਾ ਖੁੱਲੇਗਾ ਫਿਰ ਨਸ ਕੇ ਜਾਏਗਾ ਅੱਗੇ ਜਾਏਗਾ ਤੇ ਦਰਵਾਜ਼ਾ ਫਿਰ ਬੰਦ ਹੋ ਜਾਏਗਾ ਮੁਤਦਦ ਵਾਰ 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 ਇਹ ਅਮਲ ਹੋਏਗਾ ਅੱਗ ਜਾਏਗਾ ਜਦੋਂ ਥੱਕ ਜਾਏਗਾ ਤੇ ਫਰਿਸ਼ਤੇ ਨੂੰ ਕਹੇਗਾ ਕਿ ਫਰਿਸ਼ਤੇ ਇਹ ਮੇਰੇ ਵਾਸਤੇ ਅਮਲ ਕਿਉਂ ਹੋ ਰਿਹਾ ਹੈ ਮੇਰੇ ਵਾਸਤੇ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਮੈਂ ਦਰਵਾਜ਼ੇ ਦੇ ਕਰੀਬ ਜਾਣਾ ਦਰਵਾਜ਼ਾ ਬੰਦ ਹੋ ਜਾਂਦਾ ਹੈ ਤੇ ਫਰਿਸ਼ਤਾ ਕਹੇਗਾ ਕਿਉਂ ਕਿ ਜਿਸ ਤਰ੍ਹਾਂ ਤੂੰ ਦੁਨੀਆ ਦੇ ਅੱਲਾਹ ਵਾਲੇ ਨੂੰ ਪਰੇਸ਼ਾਨ ਕਰਦਾ ਰਿਹਾ ਅੱਜ ਤੇਰੀ ਪਰੇਸ਼ਾਨੀ ਦਾ ਦਿਨ ਹੈ ਸੁਭਾਨ ਅੱਲਾਹ ਅੱਜ ਤੇਰੀ ਪਰੇਸ਼ਾਨੀ ਦਾ ਦਿਨ ਹੈ ਤੂੰ ਜਿਸ ਤਰ੍ਹਾਂ ਮਜ਼ਾਕ ਕਰਦਾ ਰਿਹਾ ਅੱਲਾਹ ਵਾਲੇ ਨੂੰ ਤੰਗ ਕਰਦਾ ਰਿਹਾ ਅੱਜ ਤੇਰੀ ਪਰੇਸ਼ਾਨੀ ਦਾ ਦਿਨ ਹੈ ਦੇਖੋ ਕਰੀਬ ਜਾਏਗਾ ਤੇ ਫਿਰ ਜੰਨਤ ਦਾ ਦਰਵਾਜ਼ਾ ਬੰਦ ਹੋ ਜਾਏਗਾ ਹੈ ਅੱਲਾਹ ਪਾਕ ਕਰੇ ਖੁਦਾ ਦੀ ਕਸਮ ਅਸੀਂ ਕੀ ਕਰਨੇ ਪਏ ਆ ਅਸਾ ਜਿਬਰਾਹੀਲ ਆਪ ਨੇ ਫਰਮਾਇਆ ਕਿ ਮੈਂ ਕਾਇਨਾਤ ਦਾ ਹਰ ਕੋਨਾ ਦੇਖਿਆ ਜੀ ਕਾਇਨਾਤ ਦਾ ਹਰ ਕੋਨਾ ਚੱਪਾ ਚੱਪਾ ਦੇਖਿਆ ਹਰ ਕੋਨਾ ਦੇਖਿਆ ਆਪ ਫਰਮਾਉਂਦੇ ਨਹੀਂ ਕਿ ਹਰ ਕੋਨਾ ਦੇਖਿਆ ਦੁਨੀਆ ਦੀ ਹਰ ਨਿਮਤ ਦੇਖੀ ਹੈ ਲੇਕਿਨ ਆਮ ਉਹਨਾਂ ਦੇ ਲਾਲ ਤੋਂ ਖੂਬਸੂਰਤ ਕੋਈ ਬੰਦਾ ਨਜ਼ਰ ਨਹੀਂ ਆਇਆ ਆਪ ਤੋਂ ਖੂਬਸੂਰਤ ਕੋਈ ਬੰਦਾ ਨਜ਼ਰ ਨਹੀਂ ਆਇਆ ਅੱਲਾਹ ਪਾਕ ਨੇ ਮੇਰੇ ਨਬੀ ਨੂੰ ਕਿਹਸਾ ਹੁਸਨ ਦੇ ਦਿੱਤਾ ਕਿ ਹਜ਼ਰਤ ਜਿਬਰਾਈਲ ਜਿਹੜੇ ਮਲਾਇਕਾ ਦੇ ਸਰਦਾਰ ਉਹ ਕਹਿੰਦੇ ਨੇ ਕਿ ਮੈਨੂੰ ਆਪ ਦੇ ਚਿਹਰੇ ਤੋਂ ਜ਼ਿਆਦਾ ਹੁਸਨ ਕਿਤੇ ਨਜ਼ਰ ਨਹੀਂ ਆਇਆ ਹੈ ਅਸੀਂ ਹੁਣ ਇਹ ਬੈਠ ਕੇ ਕੀ ਕਰਨੇ ਪਏ ਹਾਂ ਅੱਲਾਹ ਦਾ ਜ਼ਿਕਰ ਕਰਨੇ ਜਾਂ ਉਹਦੇ ਮਹਿਬੂਬ ਦਾ ਜ਼ਿਕਰ ਕਰਨੇ